ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ ਜੀ ਇੱਕ ਵਾਰ ਤੁਹਾਡਾ ਆਪਣਾ ਸ਼ੋਅ ਹੈਲਥ ਪਲੱਸ, ਕਿਉਂਕਿ ਇਹ ਤੁਹਾਡਾ ਆਪਣਾ ਇਸੇ ਕਰਕੇ ਹੈ ਕਿਉਂਕਿ ਤੁਹਾਡੀ ਹੈਲਥ ਦੀ ਅਸੀਂ ਗੱਲ ਕਰਦੇ ਹਾਂ. ਅੱਜ ਕੱਲ੍ਹ ਅਸੀਂ ਦੇਖਦੇ ਹਾਂ ਲਾਈਫ ਸਟਾਈਲ ਚੇਂਜ ਦੀ ਵਜ੍ਹਾ ਦੇ ਨਾਲ ਬਹੁਤ ਸਾਰੇ ਹੈਲਥ ਇਸ਼ੂਜ਼ ਆ ਜਾਂਦੇ ਨੇ, ਬਹੁਤ ਤਰ੍ਹਾਂ ਦੀਆਂ ਬਿਮਾਰੀਆਂ. ਆਪਾਂ ਇਹ ਨਹੀਂ ਕਹਿ ਸਕਦੇ ਕਿ ਜਦੋਂ ਸਾਡੀ ਉਮਰ ਵੱਧਦੀ ਹੈ ਤਦ ਬਿਮਾਰੀਆਂ ਨੇ ਸਾਨੂੰ ਘੇਰ ਲਿਆ. ਅੱਜ ਛੋਟੀ ਛੋਟੀ ਉਮਰ ਦੇ ਵਿੱਚ ਹੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ. ਉਹਨਾਂ ਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਹਨਾਂ ਬਿਮਾਰੀਆਂ ਦਾ ਇਲਾਜ ਸ਼ੋਅ ਦੇ ਜ਼ਰੀਏ ਹੀ ਦੱਸਦੇ ਨੇ ਸਾਨੂੰ. ਹਮੇਸ਼ਾ ਹੀ ਸਾਡੇ ਨਾਲ ਮੌਜੂਦ ਹੁੰਦੇ ਨੇ ਡਾਕਟਰ ਨਵਦੀਪ ਸ਼ਰਮਾ ਜੀ, ਜੋ ਕਿ ਆਯੁਰਵੈਦਿਕ ਸਪੈਸ਼ਲਿਸਟ ਨੇ. ਅੱਜ ਇੱਕ ਵਾਰ ਫਿਰ ਤੋਂ ਹੋਣਗੇ ਸਾਡੇ ਨਾਲ ਅਤੇ ਅੱਜ ਅਸੀਂ ਜੋ ਮੇਨ ਬਿਮਾਰੀ ਜਿਹੜੀ ਆ ਉਹ ਡਿਸਕਸ ਕਰਨ ਵਾਲੇ ਹਾਂ ਜੀ, ਉਹ ਹੈਗੀ ਹੈ ਜੋੜਾਂ ਦੇ ਦਰਦ ਦੀ. ਆਪਾਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਆ ਵੱਧਦੀ ਜਾ ਰਹੀ ਹੈਗੀ ਆ. ਇਹਨੂੰ ਲੈ ਕੇ ਇੱਕ ਵਾਰ ਅੱਗੇ ਵੀ ਡਿਸਕਸ ਕੀਤਾ ਸੀਗਾ, ਪਰ ਅੱਗਿਓਂ ਆਪਾਂ ਕਹੀਏ ਤਾਂ ਬਹੁਤ ਤਰ੍ਹਾਂ ਦੀਆਂ ਹੋਰ ਜ਼ਿਆਦਾ ਪ੍ਰੋਬਲਮ ਜਿਹੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਨੂੰ ਲੈ ਕੇ ਅਸੀਂ ਡਿਸਕਸ ਕਰਾਂਗੇ ਅੱਜ. ਬਾਕੀ ਮੈਂ ਸਟਾਰ ਦੇ ਵਿੱਚ ਦੱਸ ਦਿੰਦੀ ਹਾਂ ਜੀ, ਜੋ ਨੰਬਰ ਫਲੈਸ਼ ਹੋ ਰਹੇ ਨੇ ਹੈਲਪਲਾਈਨ ਨੰਬਰ ਨੇ, ਇਹਨਾਂ ਨੰਬਰ 'ਤੇ ਕਾਲ ਕਰਕੇ ਤੁਸੀਂ ਘਰ ਬੈਠੇ ਮੈਡੀਸਿਨ ਮੰਗਵਾ ਸਕਦੇ ਹੋ. ਜੇਕਰ ਰਿਪੋਰਟ ਸੈਂਡ ਕਰਨੀਆਂ ਹੈਗੀਆਂ ਤਾਂ ਵੀ ਇਹਨਾਂ ਨੰਬਰ 'ਤੇ ਕਾਲ ਕਰਕੇ ਕਰ ਸਕਦੇ ਹੋ. USA ਦੇ ਕਿਸੇ ਵੀ ਸੈਂਟਰ ਦਾ ਤੁਸੀਂ ਐਡਰੈਸ ਲੈਣਾ ਹੈਗਾ ਪ੍ਰੋਪਰ, ਇਹਨਾਂ ਨੰਬਰ ਤੋਂ ਲੈ ਸਕਦੇ ਹੋ. ਜੇਕਰ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਖੁਦ ਮਿਲਣਾ ਹੈਗਾ ਅਤੇ 15 ਅਗਸਤ ਤੋਂ ਬਾਅਦ ਖੁਦ USA ਦੁਬਾਰਾ ਤੋਂ ਉਹ ਵਿਜ਼ਿਟ ਕਰ ਰਹੇ ਨੇ, ਉਹਨਾਂ ਨੂੰ ਉੱਥੇ ਜਾ ਕੇ ਮਿਲ ਵੀ ਸਕਦੇ ਹੋ. ਸੋ ਵੈਲਕਮ ਕਰ ਲੈਂਦੇ ਹਾਂ ਜੀ. ਵੈਲਕਮ ਸਰ. ਸਤਿ ਸ਼੍ਰੀ ਅਕਾਲ ਜੀ. ਸੋ ਸਰ, ਹੁਣ ਗੱਲ ਕਰੀਏ ਮਲਟੀਪਲ ਆਥਰਾਈਟਿਜ਼ ਦੀ. ਅਸੀਂ ਗੱਲ ਕੀਤੀ ਸੀਗੀ, ਹੈ ਨਾ, ਇਹਨੂੰ ਲੈ ਕੇ ਅੱਗੇ ਵੀ ਅਸੀਂ ਡਿਸਕਸ ਕਰ ਚੁੱਕੇ ਹਾਂ, ਪਰ ਇਹਨੂੰ ਲੱਗਿਆ ਅੱਗੇ ਵੀ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ. ਸੋ ਉਹਦੇ ਬਾਰੇ ਕੁਝ ਦੱਸੋ ਕਿ ਹੋਰ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਹੋ ਸਕਦੀਆਂ ਨੇ ਮੇਜਰ. ਅੱਜ ਦੇ ਟਾਈਮ ਦੇ ਵਿੱਚ ਆਪਾਂ ਜੋੜਾਂ ਦੇ ਦਰਦ ਦੀ ਗੱਲ ਕਰਦੇ ਹਾਂ, ਤਾਂ ਮੇਜਰ ਕੀ ਚੱਲ ਰਿਹਾ ਇਸ ਟਾਈਮ? ਦੇਖੋ, ਆਰਥਰਾਈਟਿਸ ਕਈ ਤਰ੍ਹਾਂ ਦੇ ਨੇ, ਔਰ ਆਪਾਂ ਜਦੋਂ ਅੱਗੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਤਾਂ ਆਪਾਂ ਸਾਰੇ ਆਰਥਰਾਈਟਿਸ ਦੇ ਬਾਰੇ 'ਚ ਗੱਲ ਕੀਤੀ ਸੀ, ਪਰ ਕਿਤੇ ਨਾ ਕਿਤੇ ਜਿਹੜਾ ਸਭ ਤੋਂ ਮੇਜਰ ਆਰਥਰਾਈਟਿਸ ਹੈ ਉਹ ਰਿਊਮੇਟਾਇਡ ਆਰਥਰਾਈਟਿਸ, ਜਿਹੜਾ ਕਿ ਸਭ ਤੋਂ ਜ਼ਿਆਦਾ ਪ੍ਰੋਬਲਮਸ ਕੋਜ਼ ਕਰਦਾ ਵਾ ਇੱਕ ਪੇਸ਼ੈਂਟ ਦੇ ਅੰਦਰ. ਉਦੋਂ ਆਪਾਂ, ਕਿਉਂਕਿ ਜ਼ਿਆਦਾ ਆਰਥਰਾਈਟਿਸ ਦੀ ਗੱਲ ਕਰਨੀ ਸੀ, ਆਪਾਂ ਰਿਊਮੇਟਾਇਡ ਆਰਥਰਾਈਟਿਸ ਦੇ ਬਾਰੇ 'ਚ ਉਨੀ ਡਿਟੇਲ 'ਚ ਗੱਲ ਨਹੀਂ ਕਰ ਪਾਏ ਸੀ. ਮੈਂ ਚਾਹਾਂਗਾ ਕਿ ਅੱਜ ਆਪਾਂ ਸਾਰੇ ਦਾ ਸਾਰਾ ਜਿਹੜਾ ਆਪਣਾ ਸਮਾਂ ਹੈ ਉਹ ਰਿਊਮੇਟਾਇਡ ਆਰਥਰਾਈਟਿਸ ਨੂੰ ਦਿੰਦੇ ਹੋਏ ਆਪਣੇ ਦਰਸ਼ਕਾਂ ਨੂੰ ਵੱਧ ਤੋਂ ਵੱਧ ਉਹਦੇ ਬਾਰੇ 'ਚ ਦੱਸੀਏ, ਤਾਂ ਕਿ ਉਹ ਇਸ ਤੋਂ ਬਚ ਸਕਣ. ਰਿਊਮੇਟਾਇਡ ਆਰਥਰਾਈਟਿਸ ਇੱਕ ਐਸਾ ਆਰਥਰਾਈਟਿਸ ਹੈ ਜਿਹਦੇ ਅੰਦਰ ਕਿ ਸਾਡੇ ਸਰੀਰ ਦਾ ਜਿਹੜਾ ਆਪਣਾ ਇਮਿਊਨ ਸਿਸਟਮ ਹੈ, ਜਿਹਦਾ ਕੰਮ ਹੈ ਸਰੀਰ 'ਚ ਆਉਣ ਵਾਲੀ ਇਨਫੈਕਸ਼ਨਸ ਨਾਲ ਲੜਨਾ, ਉਹ ਆਪਣੇ ਹੀ ਜੁਆਇੰਟਸ ਦਾ ਵੈਰੀ ਬਣ ਜਾਂਦਾ ਵਾ. ਆਲ ਆਫ ਅ ਸਡਨ ਉਹ ਆਪਣੇ ਜੁਆਇੰਟਸ ਉੱਪਰ ਅਟੈਕ ਕਰ ਦਿੰਦਾ ਵਾ, ਜਿਹਦੇ ਕਰਕੇ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਸ਼ੁਰੂਆਤ ਹੁੰਦੀ ਹੈ ਬਾਡੀ ਸਟਿਫਨੈਸ ਨਾਲ, ਜਿਹਨੂੰ ਕਿ ਲੋਕ ਇਗਨੋਰ ਕਰ ਦਿੰਦੇ ਨੇ. ਹੁਣ ਬਾਡੀ ਸਟਿਫਨੈਸ ਕੀ ਹੈ? ਬੰਦਾ ਰਾਤੀ ਸੋਏਗਾ, ਸਵੇਰੇ ਜਦੋਂ ਉੱਠੇਗਾ, ਇੱਕ ਨੋਰਮਲ ਬੰਦੇ ਨੂੰ ਉੱਠਣ ਦੇ ਟਾਈਮ 'ਤੇ ਪੂਰਾ ਫਰੈਸ਼ ਹੋਣਾ ਚਾਹੀਦਾ ਵਾ, ਕੋਈ ਸਟਿਫਨੈਸ ਨਹੀਂ, ਕੋਈ ਕੁਛ ਨਹੀਂ. ਠੀਕ ਹੈ, ਦਿਨ ਦੇ ਬੀਤਣ ਨਾਲ ਉਹ ਬੰਦਾ ਹਲਕਾ ਫੁਲਕਾ ਥੱਕ ਸਕਦਾ ਵਾ, ਬਟ ਜਦੋਂ ਬਾਡੀ ਸਟਿਫਨੈਸ ਹੁੰਦੀ ਤਾਂ ਇਸ ਤੋਂ ਉਲਟਾ ਹੁੰਦਾ. ਜਦੋਂ ਬੰਦਾ ਰਾਤੀ ਸੋ ਕੇ ਸਵੇਰੇ ਉੱਠਦਾ ਵਾ, ਸਰੀਰ ਜਕੜਿਆ ਪਿਆ ਹੁੰਦਾ, ਅੱਧਾ ਘੰਟਾ ਪੌਣਾ ਘੰਟਾ ਲੱਗ ਜਾਂਦਾ ਵਾ ਬੰਦੇ ਦੀ ਜਕੜਾਹਟ ਦੂਰ ਹੋਣ ਤੋਂ. ਇਹ ਸਟਾਰਟਿੰਗ ਹੈ ਜੀ ਰਿਊਮੇਟਾਇਡ ਆਰਥਰਾਈਟਿਸ ਦੀ. ਸਟਿਫਨੈਸ ਨਹੀਂ ਰਹਿਣੀ ਚਾਹੀਦੀ ਹੈ, ਔਰ ਹੌਲੀ ਹੌਲੀ ਕਰਦੇ ਹੋਏ ਸਭ ਤੋਂ ਪਹਿਲੇ ਰੋਗ ਸਾਡੇ ਛੋਟੇ ਜੁਆਇੰਟਸ ਉੱਪਰ ਇਫੈਕਟ ਕਰਦਾ ਵਾ. ਪਹਿਲੇ ਛੋਟੇ ਜੁਆਇੰਟਸ ਜ਼ਿਆਦਾ ਪੇਨ ਕਰਦੇ ਨੇ, ਸਟਿਫ ਰਹਿੰਦੇ ਨੇ, ਜਿਸ ਤਰ੍ਹਾਂ ਕਿ ਫਿੰਗਰ ਦੇ ਜੁਆਇੰਟਸ ਹੋ ਸਕਦੇ ਨੇ, ਰਿਸਟ ਦਾ ਜੁਆਇੰਟ ਹੋ ਸਕਦਾ ਵਾ, ਐਂਕਲ ਜੁਆਇੰਟ ਹੋ ਸਕਦਾ ਵਾ. ਫਿਰ ਵੱਧਦੇ ਵੱਧਦੇ ਇਹ ਵੱਡੇ ਜੁਆਇੰਟਸ ਵੱਲ ਆ ਜਾਂਦਾ ਜੀ, ਨੀ ਜੁਆਇੰਟ, ਸ਼ੋਲਡਰ ਜੁਆਇੰਟ, ਬੈਕ 'ਚ ਪ੍ਰੋਬਲਮ ਰਹਿਣੀ ਸ਼ੁਰੂ ਹੋ ਸਕਦੀ ਹੈ. ਇਸ ਤਰ੍ਹਾਂ ਦੇ ਨਾਲ ਇਹ ਬਾਡੀ ਦੇ ਸਾਰੇ ਜੁਆਇੰਟਸ ਨੂੰ ਆਪਣੀ ਚਪੇਟ 'ਚ ਲੈ ਲੈਂਦਾ ਵਾ. ਸ਼ੁਰੂਆਤ 'ਚ ਸਟਿਫਨੈਸ, ਬਾਅਦ 'ਚ ਜੁਆਇੰਟਸ ਦੀ ਇਨਵੋਲਵਮੈਂਟ, ਅਤੇ ਤੀਜੇ ਸਟੈਪ 'ਤੇ ਜਾ ਕੇ ਇਹ ਜੁਆਇੰਟਸ 'ਚ ਡਿਫੋਰਮਿਟੀ ਪੈਦਾ ਕਰ ਦਿੰਦਾ ਵਾ. ਜੁਆਇੰਟਸ ਟੇਢੇ ਮੇਢੇ ਹੋਣੇ ਸ਼ੁਰੂ ਹੋ ਜਾਂਦੇ ਨੇ, ਅੰਦਰੋਂ ਉਹਨਾਂ ਦੀ ਕਾਰਟੀਲੇਜ ਡਿਸਟਰੋਏ ਹੋਣੀ ਸ਼ੁਰੂ ਹੋ ਜਾਂਦੀ ਹੈ. ਐਕਸਟ੍ਰੀਮ ਸਟੇਜਿਸ 'ਚ ਪੇਸ਼ੈਂਟ ਬਿਲਕੁਲ ਬੈਡਰਿਡਨ ਹੋ ਜਾਂਦਾ ਜੀ. ਇਸ ਕਰਕੇ ਇਹ ਇੱਕ ਐਸਾ ਰੋਗ ਹੈ ਜਿਹਨੂੰ ਸ਼ੁਰੂ ਤੋਂ ਹੀ ਪੂਰਾ ਸੀਰੀਅਸਲੀ ਲੈਣ ਦੀ ਲੋੜ ਹੈ ਜੀ. ਜੀ ਬਿਲਕੁਲ ਜੀ. ਸੋ ਸਰ, ਹੁਣ ਇਹਦੀ ਆਪਾਂ ਗੱਲ ਕਰੀਏ, ਇਹਨੂੰ ਰੋਕਿਆ ਕਿੱਦਾਂ ਜਾ ਸਕਦਾ ਹੈਗਾ? ਬਿਲਕੁਲ ਜੀ, ਦੇਖੋ ਰੋਕਥਾਮ, ਵੈਸੇ ਵੀ ਸਿਆਣਿਆਂ ਨੇ ਕਿਹਾ ਕਿ ਕਿਸੇ ਚੀਜ਼ ਨੂੰ ਰੋਕ ਹੀ ਲਿਆ ਜਾਏ ਤਾਂ ਸਭ ਤੋਂ ਚੰਗਾ. ਔਰ ਆਯੁਰਵੇਦ ਵੀ ਕੀ ਕਹਿੰਦਾ ਵੈ, ਸਵਸਥਸਯ ਸਵਾਸਥਯ ਰਕਸ਼ਣ ਮਾਤੁਰਸਯ ਵਿਕਾਰ ਪ੍ਰਸ਼ਮਨਮ. ਸਵਸਥ ਵਿਅਕਤੀ ਦੇ ਸਵਸਥ ਦੀ ਰੱਖਿਆ ਕਰੋ ਜੀ. ਇਸੇ ਤਰੀਕੇ ਨਾਲ ਹੀ ਰਿਊਮੇਟਾਇਡ ਆਰਥਰਾਈਟਿਸ ਨੂੰ ਵੀ ਰੋਕਿਆ ਜਾ ਸਕਦਾ ਵੈ. ਜਿਹੜੀ ਸਭ ਤੋਂ ਜ਼ਿਆਦਾ ਕੋਮਨ ਚੀਜ਼ ਅੱਜ ਦੀ ਡੇਟ 'ਚ ਮੈਂ ਪਰਸਨਲੀ ਦੇਖੀ ਹੈ, ਕਾਰਨ ਹੈ ਉਹ ਹੈ ਬਹੁਤ ਤੇਜ਼ ਦਵਾਈਆਂ ਦਾ ਖਾ ਕੇ ਬੁਖਾਰ ਨੂੰ ਬੜੀ ਤੇਜ਼ ਤੋੜ ਲੈਣਾ, ਦਰਦ ਨੂੰ ਬੜੀ ਤੇਜ਼ ਖਤਮ ਕਰ ਲੈਣਾ. ਹੁੰਦਾ ਕੀ ਹੈ, ਅੱਜ ਮੰਨ ਲਓ ਕਿਸੇ ਨੂੰ ਹਾਈ ਗ੍ਰੇਡ ਫੀਵਰ ਹੈ ਜੀ. ਹੁਣ ਹਾਈ ਗ੍ਰੇਡ ਫੀਵਰ ਹੈ, ਉਹ ਕਿਉਂ ਹੋਇਆ? ਉਹਦੇ ਬਾਡੀ 'ਚ ਕੋਈ ਬੈਕਟੀਰੀਆ ਗਿਆ, ਕੋਈ ਵਾਇਰਸ ਗਿਆ, ਕੁਛ ਵੀ ਗਿਆ. ਇਮਿਊਨ ਸਿਸਟਮ ਨੇ ਉਹਦੇ ਉੱਪਰ ਅਟੈਕ ਕਰਨ ਵਾਸਤੇ ਇਮਿਊਨੋਗਲੋਬਲਿਨਸ ਬਣਾਏ, ਜਿਨ੍ਹਾਂ ਨੇ ਉਸ ਫੀਵਰ ਦੇ ਉੱਪਰ ਜਿਹੜਾ ਵੈ ਉਹ ਫੀਵਰ ਦੇ ਆਏ ਵਾਲੇ ਬੈਕਟੀਰੀਆ ਜਾਂ ਵਾਇਰਸ ਨੂੰ ਖਤਮ ਕਰਨਾ ਸੀ, ਸਬਸਾਈਡ ਕਰਨਾ ਸੀ. ਹੋਇਆ ਕਿ ਆਪਾਂ ਆਲ ਆਫ ਅ ਸਡਨ ਇੱਕ ਐਂਟੀਪਾਇਰੈਟਿਕ ਲੈ ਲਿਆ,
ਸਟਰੋਂਗ ਐਂਟੀਬਾਇਓਟਿਕ ਖਾ ਲਿਆ ਜਿਹਦੇ ਨਾਲ ਕਿ ਬੁਖਾਰ ਟੁੱਟ ਜਾਏ। ਬੁਖਾਰ ਤਾਂ ਟੁੱਟ ਗਿਆ, ਹੁਣ ਉਹ ਇਮਿਊਨੋਗਲੋਬਲਿਨਸ ਉੱਥੇ ਦੇ ਉੱਤੇ ਨੇ, ਉਹ ਕੀ ਕਰਨਗੇ? ਇੰਨੀ ਜਲਦੀ ਉਹ ਖਤਮ ਨਹੀਂ ਹੋਣਗੇ, ਔਰ ਬੜੀ ਵਾਰੀ ਐਸੇ ਮੌਕੇ ਬਣ ਜਾਂਦੇ ਨੇ ਕਿ ਉਹ ਆਪਣੇ ਹੀ ਕਿਸੇ ਬਾਡੀ ਔਰਗਨ ਦੇ ਅਗੇਂਸਟ ਐਕਟਿਵ ਹੋ ਸਕਦੇ ਨੇ। ਸੋ ਦੈਟ ਇਜ਼ ਵਾਈ ਇੱਕ ਤਾਂ ਆਪਾਂ ਕਦੀ ਵੀ ਕੋਸ਼ਿਸ਼ ਕਰਨੀ ਹੈ, ਆਪਾਂ ਅੱਜ ਦੀ ਡੇਟ 'ਚ ਹਾਲੀ ਕਿ ਸਾਡੇ ਕੋਲ ਫੈਸਿਲਿਟੀਜ਼ ਨੇ ਕਿ ਅਗਰ ਬੁਖਾਰ ਬੜੀ ਤੇਜ਼ ਹੋ ਗਿਆ ਵੈ, ਆਪਾਂ ਇੱਕ ਸਟਰੋਂਗ ਐਂਟੀਪਾਇਰੈਟਿਕ ਲੈ ਸਕਦੇ ਹਾਂ, ਸਟੀਰੋਇਡ ਖਾ ਕੇ ਬੁਖਾਰ ਨੂੰ ਲੋਕ ਉਤਾਰ ਲੈਂਦੇ ਨੇ, ਬਟ ਕੋਸ਼ਿਸ਼ ਕਰੋ ਬੁਖਾਰ ਨੂੰ ਤੁਸੀਂ ਘਟਾ ਲਵੋ, ਇਕਦਮ ਬਹੁਤ ਤੇਜ਼ ਨਾ ਤੋੜੋ। ਔਰ ਖਾਸ ਤੌਰ 'ਤੇ ਅਗਰ ਫੀਵਰ 99 ਹੈ, 100 ਹੈ, ਅਵੋਇਡ ਕਰੋ ਕੋਈ ਦਵਾਈ ਖਾਣਾ, ਬੋਡੀ ਨੂੰ ਮੌਕਾ ਦਿਵੋ, ਆਪਣੇ ਆਪ ਨੂੰ ਆਪੇ ਠੀਕ ਕਰ ਲਏਗੀ। ਤੁਸੀਂ ਗਿਲੋਏ ਲੈ ਸਕਦੇ ਹੋ, ਤੁਸੀਂ ਗਰਮ ਪਾਣੀ ਪੀ ਸਕਦੇ ਹੋ, ਰੈਸਟ ਕਰ ਸਕਦੇ ਹੋ, ਇੰਨਾ ਕੁ ਬੁਖਾਰ ਆਪੇ ਉਤਰ ਜਾਏਗਾ। ਇੱਕ ਤਾਂ ਅਵੋਇਡ ਕਰੋ, ਦੂਸਰਾ ਓਵਰ ਈਟਿੰਗ। ਇੱਕ ਟਾਈਮ ਸੀ ਜਦੋਂ ਮਾਲ ਨਿਊਟ੍ਰੀਸ਼ਨ ਵਾਲੇ ਡਿਜ਼ੀਜ਼ ਜ਼ਿਆਦਾ ਕੋਮਨ ਹੁੰਦੇ ਸੀ, ਅੱਜ ਉਲਟਾ ਹੋ ਗਿਆ, ਅੱਜ ਓਵਰ ਈਟਿੰਗ ਵਾਲੇ ਡਿਜ਼ੀਜ਼ ਜ਼ਿਆਦਾ ਹੁੰਦੇ ਨੇ। ਜਿਸ ਤਰ੍ਹਾਂ ਦੁਨੀਆ ਭਰ ਦੇ ਅੰਦਰ ਇਨਸਾਨਾਂ ਦੀ ਸੱਭਿਅਤਾ ਪ੍ਰੋਗਰੈਸ ਕੀਤੀ ਹੈ, ਸੋਸਾਇਟੀਜ਼ ਨੇ ਇਨਵੋਲਵਮੈਂਟ ਕੀਤੀ ਹੈ, ਬੈਟਰਮੈਂਟ ਆਈ ਹੈ, ਫੂਡ ਜਿਹੜਾ ਵੈ ਉਹ ਈਜ਼ੀਲੀ ਅਵੇਲੇਬਲ ਹੋ ਗਿਆ ਔਰ ਐਂਪਲ ਅਵੇਲੇਬਲ ਹੋ ਗਿਆ ਵੈ, ਜਿਹਦੇ ਕਰਕੇ ਮੈਜੋਰਿਟੀ ਬੰਦੇ ਓਵਰ ਈਟਿੰਗ ਕਰ ਰਹੇ ਨੇ। ਸ਼ਾਸਤਰਾਂ 'ਚ ਸਾਫ਼ ਕਿਹਾ ਗਿਆ ਵੈ ਕਿ ਜਦੋਂ ਖਾਣਾ ਖਾਓ ਕੇਵਲ 75% ਭੁੱਖ ਜਿੰਨਾ ਖਾਓ, 25% ਜਗ੍ਹਾ ਖਾਲੀ ਰੱਖੋ ਪੇਟ 'ਚ। ਲੇਕਿਨ ਹੁੰਦਾ ਤਾਂ ਉਲਟਾ ਹੈ ਜੀ, ਜੇ 100% ਭੁੱਖ ਹੈ ਤਾਂ ਆਪਾਂ 125% ਖਾਂਦੇ ਹਾਂ। ਬਿਲਕੁਲ, ਅਗਰ ਬੰਦੇ ਨੂੰ ਚੀਜ਼ ਬਹੁਤ ਪਸੰਦ ਹੈ ਜੀ, ਉਹ ਜਿੰਨੀ ਚਾਹੀਦੀ ਉਸ ਤੋਂ ਵੀ ਜ਼ਿਆਦਾ ਚੀਜ਼ ਖਾ ਜਾਂਦਾ ਵੈ, ਅਤੇ ਜੇ 100 ਦੀ ਕਪੈਸਿਟੀ ਹੈ ਪੇਟ ਦੀ ਤਾਂ ਆਪਾਂ ਉਹਨੂੰ 125 ਭਰਾਂਗੇ, ਭਰਨਾ ਕਿੰਨਾ ਚਾਹੀਦਾ ਵੈ? 75। ਇਸ ਕਰਕੇ ਓਵਰ ਈਟਿੰਗ ਕਰਕੇ ਕੀ ਹੈ, ਆਮ ਸਰੀਰ 'ਚ ਆਮ ਇਕੱਠਾ ਹੁੰਦਾ ਵੈ। ਆਮ ਕੀ ਹੈ? ਅਨਡਾਈਜੈਸਟਿਡ ਫੂਡ। ਅਗਰ ਆਪਾਂ ਨੂੰ ਹੋਰ ਪਰਟੀਕੁਲਰਲੀ ਜਾਈਏ, ਖਾਣੇ ਦੇ ਉਹ ਭਾਰੀ ਤੱਤਵ, ਫੈਟਸ, ਪ੍ਰੋਟੀਨਸ, ਜਿਨ੍ਹਾਂ ਨੂੰ ਪਚਾਉਣ 'ਚ ਸਰੀਰ ਨੂੰ ਵੱਧ ਟਾਈਮ ਲੱਗਦਾ ਵੈ, ਜਦੋਂ ਉਹ ਸੈਮੀ ਡਾਈਜੈਸਟਿਡ ਫੋਰਮ 'ਚ ਸਾਡੀ ਬੋਡੀ ਦੇ ਅੰਦਰ ਐਬਜ਼ੋਰਬ ਹੋ ਜਾਂਦੇ ਨੇ, ਬਲੱਡ 'ਚ ਸਰਕੂਲੇਟ ਕਰਨਾ ਸ਼ੁਰੂ ਕਰ ਦਿੰਦੇ ਨੇ, ਹੁਣ ਉਹ ਸਰੀਰ 'ਚ ਜਿੱਥੇ ਜਿੱਥੇ ਜਾ ਕੇ ਸੈਟਲ ਹੋਣਗੇ ਉੱਥੇ ਬਿਮਾਰੀਆਂ ਕਰਨਗੇ। ਇਹਨੂੰ ਕਹਿੰਦੇ ਨੇ ਆਮ। ਇਸ ਆਮ ਦੇ ਨਾਲ ਜਦੋਂ ਅੱਜ ਦੀ ਲਾਈਫ ਸਟਾਈਲ 'ਚ ਆਪਾਂ ਟਾਈਮ ਸਿਰ ਸੋਣਾ ਨਹੀਂ, ਓਵਰਵਰਕ ਕਰਨਾ, ਭੱਜੇ ਰਹਿਣਾ, ਸਟ੍ਰੈਸ ਲੈਣਾ, ਲੈਕ ਆਫ ਸਲੀਪ, ਇਹ ਸਾਰੀਆਂ ਚੀਜ਼ਾਂ ਵਾਯੂ ਨੂੰ ਵਧਾਉਂਦੀਆਂ ਨੇ। ਜਦੋਂ ਆਮ ਅਤੇ ਵਾਯੂ ਦੋਨੋਂ ਆਪਸ 'ਚ ਮਿਲ ਜਾਂਦੇ ਨੇ, ਉਸ ਰੋਗ ਦਾ ਨਾਮ ਹੈ ਆਮਵਾਤ, ਜਿਹਨੂੰ ਐਲੋਪੈਥੀ ਦੇ ਅੰਦਰ ਰਿਊਮੇਟਾਇਡ ਆਰਥਰਾਈਟਿਸ ਦੇ ਨਾਲ ਕੰਪੇਅਰ ਕੀਤਾ ਜਾਂਦਾ ਵੈ, ਜਿਹਦੇ 'ਚ ਕਿ ਪੇਸ਼ੈਂਟ ਦਾ RA ਫੈਕਟਰ ਪੋਜ਼ਿਟਿਵ ਹੋ ਸਕਦਾ ਵੈ, ਪੇਸ਼ੈਂਟ ਦਾ ANA ਟੈਸਟ ਪੋਜ਼ਿਟਿਵ ਹੋ ਸਕਦਾ ਵੈ, ਇਹ ਦੋਨਾਂ 'ਚੋਂ ਇੱਕ ਟੈਸਟ ਜਿਹੜਾ ਵੈ ਉਹ ਪੋਜ਼ਿਟਿਵ ਆ ਸਕਦਾ ਵੈ। ਜੀ ਜੀ ਬਿਲਕੁਲ ਜੀ। ਸੋ ਟਰਾਈ ਕਰੀਏ ਕਿ ਜਿਹੜਾ ਇਹੀ ਲਾਈਫ ਸਟਾਈਲ ਹੀ ਹੈਗਾ ਉਹਨੂੰ ਚੇਂਜ ਕਰ ਲਈਏ, ਆਪਣੇ ਖਾਣ ਪੀਣ ਨੂੰ ਠੀਕ ਕਰ ਲਈਏ, ਅਤੇ ਬਹੁਤ ਤਰ੍ਹਾਂ ਦੀਆਂ ਮੇਰੇ ਖਿਆਲ ਦੇ ਵਿੱਚ ਬਿਮਾਰੀਆਂ ਜਿਨ੍ਹਾਂ ਦੇ ਨਾਲ ਅਸੀਂ ਘਿਰ ਜਾਂਦੇ ਹਾਂ ਉਹਨਾਂ ਨੂੰ ਰੋਕਿਆ ਜਾ ਸਕਦਾ। ਸੋ ਸਰ, ਇਹਦੇ ਪ੍ਰੋਪਰ ਟ੍ਰੀਟਮੈਂਟ ਦੀ ਗੱਲ ਅਸੀਂ ਕਰਾਂਗੇ, ਕਿਉਂਕਿ ਬਹੁਤ ਸਾਰੀ ਆਡੀਅੰਸ ਜਿਹੜੀ ਸਾਡੀ USA ਦੇ ਵਿੱਚ ਹੈਗੀ ਆ, ਕੋਈ ਪ੍ਰੋਡਕਟ ਜਿਹੜਾ ਉਹਨਾਂ ਨੂੰ ਉੱਥੇ ਮਿਲ ਸਕਦਾ ਹੈਗਾ? ਬਿਲਕੁਲ ਜੀ, ਦੇਖੋ ਆਰਥਰਾਈਟਿਸ ਇੱਕ ਮੇਜਰ ਡਿਜ਼ੀਜ਼ ਹੈ ਜੀ, ਡੈਫੀਨੇਟਲੀ ਮੈਂ ਜਨਰਲ ਗਾਈਡਲਾਈਨਸ ਵੀ ਦੇਣਾ ਵਾਂ, ਆਰਥਰਾਈਟਿਸ 'ਚ ਵੀ ਦੇਣੀਆਂ ਚਾਹਾਂਗਾ, ਅੱਗੇ ਦੱਸਾਂਗਾ ਵੀ, ਲੇਕਿਨ ਕਿਉਂਕਿ ਇੱਕ ਮੇਜਰ ਡਿਜ਼ੀਜ਼ ਹੈ ਔਰ ਇੱਕ ਐਸਾ ਡਿਜ਼ੀਜ਼ ਹੈ ਜਿਹੜਾ ਬੰਦੇ ਨੂੰ ਬਿਲਕੁਲ ਕ੍ਰਿਪਲ ਕਰ ਸਕਦਾ ਵਾ ਕਿਸੇ ਸਟੇਜ 'ਤੇ ਜਾ ਕੇ, ਇਸੇ ਕਰਕੇ ਘਰ ਦੇ ਨੁਕਤਿਆਂ ਦੇ ਨਾਲ ਨਾਲ ਇੱਕ ਮੈਡੀਕੇਸ਼ਨ ਆਪਾਂ ਡਿਵੈਲਪ ਕੀਤੀ ਹੈ ਜੀ, ਰਿਊਮੋਕੇਅਰ, ਜਿਹੜੀ ਕਿ US 'ਚ ਅਵੇਲੇਬਲ ਹੈ। ਮੇਰੀ ਹਮੇਸ਼ਾ ਆਪਣੇ ਪੇਸ਼ੈਂਟਸ ਨੂੰ ਗਾਈਡਲਾਈਨਸ ਦਿੰਦੀ ਹੈ, ਆਰਥਰਾਈਟਿਸ ਵਾਲਿਆਂ ਨੂੰ ਖਾਸ ਤੌਰ 'ਤੇ ਜਿਹੜੇ ਰਿਊਮੇਟਾਇਡ ਆਰਥਰਾਈਟਿਸ ਵਾਲੇ ਨੇ, ਤੁਸੀਂ ਰਿਊਮੋਕੇਅਰ ਯੂਜ਼ ਕਰ ਸਕਦੇ ਹੋ ਜੀ, ਔਰ ਕੋਸ਼ਿਸ਼ ਕਰੋ ਆਪਣੇ RA ਫੈਕਟਰ ਦੀ ਵੈਲਿਊ ਤੁਸੀਂ ਨਾਲ ਕੰਪੇਅਰ ਕਰੀ ਜਾਣੀ ਹੈ, ਕਿਉਂਕਿ ਅੱਜ ਅਗਰ ਆਪਾਂ ਮਨ 'ਚ ਇੱਕ ਮਕਸਦ ਲੈ ਕੇ ਚੱਲੇ ਹਾਂ ਕਿ ਆਪਾਂ RA ਫੈਕਟਰ ਨੂੰ ਘਟਾਉਣਾ ਵੈ, ਅਤੇ ਘਟਾਉਂਦੇ ਘਟਾਉਂਦੇ ਇਹਨੂੰ ਨੈਗੇਟਿਵ ਕਰਨਾ ਵੈ, ਐਸੇ ਤਰੀਕੇ ਦੇ ਨਾਲ ਅਗਰ ਆਪਾਂ ESR ਨੂੰ ਨਾਲ ਮੈਂ ਦੇਖਣਾ ਵੈ, ਸਾਡਾ ਅੱਜ ESR ਕਿੰਨਾ ਵੈ, ਹੌਲੀ ਹੌਲੀ ਘੱਟ ਰਿਹਾ ਕਿ ਨਹੀਂ ਘੱਟ ਰਿਹਾ, ਅਗਰ ਆਪਾਂ ਮਨ 'ਚ ਮਕਸਦ ਧਾਰ ਕੇ ਚੱਲਦੇ ਹਾਂ, ਰਿਮੋਕੇਅਰ ਸਾਨੂੰ ਇਹਦੇ 'ਚ ਹੈਲਪ ਕਰ ਸਕਦੀ ਹੈ। ਸਾਨੂੰ ਉਸ ਕੇਸ 'ਚ ਰਿਮੋਕੇਅਰ ਦੇ ਯੂਜੇਜ ਦੇ ਨਾਲ ਨਾਲ ਇਹ ਟੈਸਟ ਜ਼ਰੂਰ ਕਰਾਉਂਦੇ ਰਹਿਣੇ ਚਾਹੀਦੇ ਨੇ, ਕਿਉਂਕਿ ਦੇਖੋ ਰਿਮੋਕੇਅਰ ਖਾਣ ਨਾਲ ਤੁਹਾਡੇ ਲੱਛਣਾਂ 'ਚ ਤਾਂ ਸੁਧਾਰ ਹੋਵੇਗਾ, ਲੇਕਿਨ ਲੱਛਣ ਤਾਂ ਤੁਹਾਡੇ ਨੋਰਮਲ ਪੇਨ ਕਿਲਰ ਖਾਣ ਨਾਲ ਵੀ ਕੁਝ ਦੇਰ ਉਸ ਤਰ੍ਹਾਂ ਸੁਧਰ ਹੀ ਜਾਂਦੇ ਨੇ। ਸਾਡਾ ਮਕਸਦ ਹੋਣਾ ਚਾਹੀਦਾ ਵੈ ਇਸ ਰੋਗ ਤੋਂ ਛੁਟਕਾਰਾ, ਇਸ ਲਈ ਰਿਮੋਕੇਅਰ ਨੂੰ ਤੁਸੀਂ ਗਰਮ ਪਾਣੀ ਦੇ ਨਾਲ ਇਸਤੇਮਾਲ ਕਰ ਸਕਦੇ ਹੋ। ਔਰ ਅਗਰ ਆਪਾਂ ਗੱਲ ਕਰੀਏ ਉਹਨਾਂ ਚੀਜ਼ਾਂ ਦੀ ਜਿਹੜੀ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ, ਕਿਉਂਕਿ ਮੈਂ ਕਦੀ ਵੀ ਇਹ ਬਿਲੀਵ ਨਹੀਂ ਕਰਦਾ ਕਿ ਆਪਾਂ ਦਵਾਈਆਂ ਨੂੰ ਹੀ ਪ੍ਰਮੋਟ ਕਰੀਏ ਜੀ, ਬਹੁਤ ਸਾਰੀਆਂ ਚੀਜ਼ਾਂ ਆਪਾਂ ਆਪਣੇ ਘਰ ਅੰਦਰ ਵੀ ਠੀਕ ਕਰ ਸਕਦੇ ਹਾਂ।
ਤੁਸੀਂ ਅਗਰ ਘੱਟ ਤੰਗ ਹੋ, ਹਲਕੀ ਫੁਲਕੀ ਸਟਿਫਨੈਸ ਹੈ, ਆਰ ਏ ਫੈਕਟਰ ਹਾਲੀ ਪੋਜ਼ਿਟਿਵ ਨਹੀਂ ਹੋਇਆ ਹੈ, ਫਿਰ ਆਪਾਂ ਆਪਣੇ ਕਿਚਨ ਦੇ ਮਸਾਲਿਆਂ 'ਤੇ ਚਲੇ ਜਾਣਾ ਵਾ, ਕਿਉਂਕਿ ਸਾਡੀ ਜਿਹੜੇ ਕਿਚਨ ਦੇ ਮਸਾਲਿਆਂ ਦੀ ਸ਼ੈਲਫ ਹੈ ਉਹੀ ਸਾਡਾ ਸਭ ਤੋਂ ਵੱਡਾ ਔਸ਼ਧਾਲਿਆ ਹੈ ਜੀ। ਉਹਦੇ 'ਚ ਸਭ ਤੋਂ ਵਧੀਆ ਚੀਜ਼ ਜਿਹੜੀ ਕਿ ਆਰਥਰਾਈਟਿਸ ਵਾਸਤੇ ਹੈ, ਜਿਹੜੀ ਮੈਂ ਹਮੇਸ਼ਾ ਦੱਸਦਾ ਵਾਂ, ਉਹ ਸੁੰਡ ਹੈ। ਜਿਹਦੇ 'ਚ ਮੈਨੂੰ ਬੜੇ ਲੋਕ ਬੋਲਦੇ ਵੀ ਨੇ ਕਿ ਨਹੀਂ ਜੀ ਗਰਮ ਹੈ, ਸਾਨੂੰ ਸੂਟ ਨਹੀਂ ਕਰੇਗੀ, ਉਸ ਕੇਸ 'ਚ ਤੁਸੀਂ ਘੱਟ ਮਾਤਰਾ 'ਚ ਲੈ ਸਕਦੇ ਹੋ। ਕਿਉਂਕਿ ਦੇਖੋ, ਕੁਦਰਤ ਨੇ ਸਾਨੂੰ ਸਾਰਿਆਂ ਨੂੰ ਵੱਖਰੇ ਬੋਡੀ ਟਾਈਪਸ ਦਿੱਤੇ ਨੇ। ਐਸਾ ਨਹੀਂ ਹੈ ਕਿ ਸੁੰਡ ਬਿਲਕੁਲ ਹੀ ਸੂਟ ਨਹੀਂ ਕਰੇਗੀ। ਅਗਰ ਤੁਹਾਡਾ ਸਰੀਰ ਐਸਾ ਵੈ ਜਿਹਨੂੰ ਗਰਮ ਚੀਜ਼ ਬਹੁਤ ਮਾਫਕ ਨਹੀਂ ਆਉਂਦੀ ਹੈ, ਕੋਸ਼ਿਸ਼ ਕਰੋ ਕਿ ਜਿਹੜੀ ਸੁੰਡ ਤੁਸੀਂ ਲੈਣੀ ਉਹ ਬਹੁਤ ਥੋੜ੍ਹੀ ਲਵੋ। ਤੁਸੀਂ ਅੱਧਾ ਗ੍ਰਾਮ ਲੈ ਸਕਦੇ ਹੋ, ਤੁਸੀਂ 2 ਪਿੰਚਸ ਲੈ ਸਕਦੇ ਹੋ, ਲੇਕਿਨ ਆਪਣੀ ਡਾਈਟ 'ਚ ਇਹਨੂੰ ਸ਼ਾਮਿਲ ਜ਼ਰੂਰ ਕਰੋ, ਕਿਉਂਕਿ ਸੁੰਡ ਬਹੁਤ ਹੀ ਵਧੀਆ ਚੀਜ਼ ਹੈ ਜੀ ਆਰਥਰਾਈਟਿਸ ਵਾਸਤੇ। ਦੂਜੀ ਚੀਜ਼, ਕਿਉਂਕਿ ਆਪਾਂ ਆਰਥਰਾਈਟਿਸ ਠੀਕ ਕਰਨਾ ਵੈ, ਇਹ ਬਹੁਤ ਜ਼ਰੂਰੀ ਹੈ ਕਿ ਪੇਟ ਪ੍ਰੋਪਰ ਸਾਫ਼ ਹੁੰਦਾ ਰਹੇ। ਅਗਰ ਕੌਨਸਟੀਪੇਸ਼ਨ ਰਹੇਗੀ, ਪੇਟ ਪੂਰਾ ਸਾਫ਼ ਨਹੀਂ ਹੋਏਗਾ, ਆਰਥਰਾਈਟਿਸ ਕਦੀ ਜੜੋਂ ਠੀਕ ਨਹੀਂ ਹੋ ਸਕਦਾ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ, ਨੈਚੁਰਲ ਚੀਜ਼ਾਂ ਦੀ ਗੱਲ ਕਰੀਏ, ਇਸਬਗੋਲ, ਹਰੜ, ਇਹ ਚੀਜ਼ਾਂ ਨੇ ਜਿਹੜੀਆਂ ਕਿ ਨੈਚੁਰਲੀ ਪੇਟ ਨੂੰ ਸਾਫ਼ ਕਰ ਸਕਦੀਆਂ ਨੇ। ਅਗਰ ਸਾਨੂੰ ਲੱਗਦਾ ਵੈ ਇਹਨਾਂ ਨੈਚੁਰਲ ਨੁਕਤਿਆਂ ਦੇ ਨਾਲ ਸਾਡਾ ਪੇਟ ਸਾਫ਼ ਨਹੀਂ ਹੋ ਰਿਹਾ ਵੈ, ਆਪਾਂ ਇੱਕ ਕੰਬੀਨੇਸ਼ਨ ਵੀ ਤਿਆਰ ਕੀਤਾ ਹੋਇਆ ਵੈ ਜਿਹਦਾ ਨਾਮ ਹੈ ਵਿਰੇਚਨ ਕੈਪਸੂਲ। ਵਿਰੇਚਨ ਦਾ ਮਤਲਬ ਹੁੰਦਾ ਵੈ ਪੇਟ ਨੂੰ ਸਾਫ਼ ਕਰਨ ਵਾਲਾ ਪ੍ਰੋਸੈਸ, ਆਯੁਰਵੇਦ ਉਹਨੂੰ ਵਿਰੇਚਨ ਕਹਿੰਦੇ ਹਾਂ। ਉਸੇ ਨਾਮ ਤੋਂ ਹੀ ਆਪਾਂ ਇਹ ਕੈਪਸੂਲਸ ਵੀ ਤਿਆਰ ਕੀਤੇ ਹੋਏ ਨੇ। ਅਗਰ ਇੱਕ ਆਰਥਰਾਈਟਿਸ ਦੇ ਪੇਸ਼ੈਂਟ ਨੂੰ ਕੌਨਸਟੀਪੇਸ਼ਨ ਰਹਿ ਰਹੀ ਹੈ, ਉਹਨੂੰ ਉਸ ਕੇਸ ਦੇ ਅੰਦਰ ਵਿਰੇਚਨ ਕੈਪਸੂਲ ਜਿਹੜੇ ਨੇ ਉਹ ਰਿਮੋਕੇਅਰ ਕੈਪਸੂਲ ਦੇ ਨਾਲ ਖਾਣੇ ਚਾਹੀਦੇ ਨੇ। ਜੀ ਬਿਲਕੁਲ ਜੀ। ਸੋ ਜਿਵੇਂ ਘਰੇਲੂ ਨੁਸਖੇ ਜਿਹੜੇ ਟਿਪਸ ਨੇ ਉਹ ਵੀ ਦੱਸ ਦਿੱਤੇ ਗਏ ਨੇ, ਪਰ ਸਰ ਜੇਕਰ ਪ੍ਰੋਬਲਮ ਰਿਊਮੋਕੇਅਰ ਦੀ ਤੁਸੀਂ ਗੱਲ ਕੀਤੀ ਹੈਗੀ ਆ, ਇੱਕ ਨੋਰਮਲ ਚਲੋ ਸ਼ੁਰੂਆਤ ਹੈਗੀ ਆ, ਆਪਾਂ ਟੈਬਲੇਟ ਲੈ ਸਕਦੇ ਹਾਂ, ਪਰ ਪ੍ਰੋਪਰ ਟ੍ਰੀਟਮੈਂਟ ਦੀ ਗੱਲ ਕੀਤੀ ਜਾਵੇ ਕਿ ਇਸ ਰੋਗ ਨੂੰ ਜੜ੍ਹ ਤੋਂ ਖਤਮ ਕਰਨ ਦੀ ਗੱਲ ਕੀਤੀ ਜਾਵੇ, ਤੇ ਉਹ ਕੀ ਹੈਗਾ ਆਯੁਰਵੇਦ ਦੇ ਵਿੱਚ? ਦੇਖੋ, ਅਗਰ ਆਪਾਂ ਆਯੁਰਵੇਦ 'ਚ ਚਿਕਿਤਸਾ ਸਿਧਾਂਤ ਦੀ ਗੱਲ ਕਰੀਏ, ਵੀ ਆਮਵਾਦ ਦਾ ਚਿਕਿਤਸਾ ਸਿਧਾਂਤ ਕੀ ਹੈ, ਉਹਦੇ 'ਚ ਪੰਚਕਰਮਾ ਦਾ ਰੋਲ ਵੀ ਆ ਜਾਂਦਾ ਵੈ। ਅਗਰ ਇੱਕ ਪੇਸ਼ੈਂਟ ਬਹੁਤ ਐਕਸਟ੍ਰੀਮਲੀ ਤੰਗ ਹੈ, ਉਸ ਕੇਸ 'ਚ ਆਪਾਂ ਪੇਸ਼ੈਂਟ ਨੂੰ ਗਾਈਡ ਕਰਦੇ ਹਾਂ ਕਿ ਤੁਸੀਂ ਨਾਲ ਪੰਚਕਰਮਾ ਜ਼ਰੂਰ ਕਰਵਾਓ, ਕਿਉਂਕਿ ਆਯੁਰਵੇਦ 'ਚ ਸ਼ੋਧਨ ਅਤੇ ਸ਼ਮਨ ਚਿਕਿਤਸਾ। ਹੁਣ ਅਗਰ ਆਪਾਂ ਸ਼ੋਧਨ ਚਿਕਿਤਸਾ ਦੀ ਗੱਲ ਕਰ ਰਹੇ ਹਾਂ ਆਮਵਾਦ ਦੇ ਕੇਸ 'ਚ, ਤਾਂ ਉਹਦੇ ਕੇਸ 'ਚ ਖਾਸ ਹੈ ਕਿਹਾ ਗਿਆ ਕਿ ਵਸਤੀ ਕ੍ਰਿਆ, ਵਸਤੀ ਇਜ਼ ਮੈਡੀਕੇਟਡ ਐਨੀਮਾ, ਜਿਹੜਾ ਉਹ ਆਪਾਂ ਯੂਜ਼ ਕਰਨਾ ਵੈ, ਉਹ ਬਹੁਤ ਜ਼ਰੂਰੀ ਹੈ। ਔਰ ਅਗਰ ਪੇਸ਼ੈਂਟ ਬਹੁਤ ਐਕਸਟ੍ਰੀਮਲੀ ਨਹੀਂ ਹੈ, ਠੀਕ ਹੈ, ਉਹਦਾ ਆਰ ਏ ਫੈਕਟਰ ਪੋਜ਼ਿਟਿਵ ਹੈ, ਉਹਦੇ ਪੇਨਸ ਹੋ ਰਹੀਆਂ ਨੇ, ਫਿਰ ਉਹ ਘਰ ਬੈਠੇ ਰਿਮੋਕੇਅਰ ਅਤੇ ਵਿਰੇਚਨ ਕੈਪਸੂਲ ਯੂਜ਼ ਕਰ ਸਕਦਾ ਹੈ। ਬਟ ਮੈਂ ਹਮੇਸ਼ਾ ਇਹ ਚੀਜ਼ ਕਹਿੰਦਾ ਵਾਂ, ਮੈਡੀਕਲ ਐਡਵਾਈਸ ਤੋਂ ਉੱਪਰ ਕੁਛ ਨਹੀਂ ਹੈ। 24 ਘੰਟੇ ਸਾਡੀਆਂ ਹੈਲਪਲਾਈਨਸ ਚੱਲ ਰਹੀਆਂ ਨੇ, ਡਾਕਟਰਸ ਉੱਥੇ ਬੈਠੇ ਹੋਏ ਨੇ। ਇਹੀ ਰਿਕੁਐਸਟ ਕਰਾਂਗੇ ਕਿ ਜਦੋਂ ਵੀ ਤੁਹਾਨੂੰ ਲੱਗਦਾ ਵੈ ਕਿ ਪ੍ਰੋਬਲਮ ਜ਼ਿਆਦਾ ਵੈ, ਆਪਣੇ ਟੈਸਟ ਸਾਡੇ ਨਾਲ ਤੁਸੀਂ ਸ਼ੇਅਰ ਕਰੋ। ਸਾਡੀ ਮੋਬਾਈਲ ਐਪ ਐਂਡੀਕੇਅਰ ਨਾਮ ਨਾਲ ਗੂਗਲ ਐਪ ਸਟੋਰ 'ਤੇ ਅਵੇਲੇਬਲ ਹੈ, ਤੁਸੀਂ ਡਾਊਨਲੋਡ ਕਰ ਸਕਦੇ ਹੋ, ਉੱਥੋਂ ਡਾਇਰੈਕਟਲੀ ਆਪਣੀਆਂ ਰਿਪੋਰਟਸ ਅਪਲੋਡ ਕਰ ਸਕਦੇ ਹੋ, ਆਪਣੀ ਹਿਸਟਰੀ ਸਾਨੂੰ ਭੇਜ ਸਕਦੇ ਹੋ, ਸਾਡੇ ਡਾਕਟਰਸ ਨਾਲ ਟੈਲੀਫੋਨੀ ਗੱਲ ਕਰਕੇ ਤੁਸੀਂ ਹਿਸਟਰੀ ਦੇ ਸਕਦੇ ਹੋ, ਤਾਂ ਕਿ ਆਪਾਂ ਤੁਹਾਨੂੰ ਗਾਈਡ ਕਰ ਸਕੀਏ। ਤੁਹਾਨੂੰ ਗਾਈਡ ਕਰਨ ਦਾ ਮਕਸਦ ਤੁਹਾਨੂੰ ਦਵਾਈਆਂ ਦੇਣਾ ਨਹੀਂ ਹੈ, ਤੁਹਾਨੂੰ ਗਾਈਡ ਕਰਨ ਦਾ ਮਕਸਦ ਹੈ ਤੁਹਾਡੇ ਰੋਗ ਨੂੰ ਸਹੀ ਤਰੀਕੇ ਨਾਲ ਜਾਣਨਾ, ਔਰ ਉਸ ਜਾਣਨ ਤੋਂ ਬਾਅਦ ਜੋ ਬੈਸਟ ਤੋਂ ਬੈਸਟ ਤੁਹਾਡੇ ਵਾਸਤੇ ਹੈ ਤੁਹਾਨੂੰ ਉਹ ਸਲਾਹ ਦੇਣੀ। ਇਸ ਕਰਕੇ ਜੇ ਜ਼ਿਆਦਾ ਤੰਗ ਹੋ, ਸਾਡੇ ਕੋਲ ਰਹਿ ਕੇ ਇਲਾਜ ਕਰਵਾ ਸਕਦੇ ਹੋ। US 'ਚ ਵੀ ਪੰਚਕਰਮਾ ਸਾਡੇ ਕੋਲ ਅਵੇਲੇਬਲ ਹੈ, ਇੰਡੀਆ 'ਚ ਵੀ ਪੰਚਕਰਮਾ ਸਾਡੇ ਕੋਲ ਅਵੇਲੇਬਲ ਹੈ, ਔਰ ਅਗਰ ਤੰਗੀ ਘੱਟ ਹੈ ਤਾਂ ਘਰ ਬੈਠੇ ਵੀ ਤੁਸੀਂ ਉਦੋਂ ਇਲਾਜ ਆਪਣਾ ਕਰਵਾ ਸਕਦੇ ਹੋ। ਬਿਲਕੁਲ ਜੀ। ਹਮੇਸ਼ਾ ਸੇ ਗੱਲ ਕਰਦੇ, ਜਿਵੇਂ ਕਿ ਹੁਣੇ ਤੁਸੀਂ ਇੰਟਰੋਡਿਊਸ ਕੀਤਾ ਸੀ ਕਿ ਪੰਚਕਰਮਾ ਹੁਣ USA ਦੇ ਵਿੱਚ ਵੀ ਅਵੇਲੇਬਲ ਹੋ ਗਿਆ, ਸੋ ਜੀ ਪ੍ਰੋਪਰ ਤੁਸੀਂ ਉੱਥੇ ਵੀ ਕਰਵਾ ਸਕਦੇ ਹੋ। ਬਾਕੀ ਪ੍ਰੋਪਰ ਜਿਹੜਾ ਟ੍ਰੀਟਮੈਂਟ ਲੈਣਾ ਹੈਗਾ ਆ, ਜੇਕਰ ਤੁਸੀਂ, ਕਿਉਂਕਿ ਇੱਕ ਟਿਪਸ ਦੱਸੇ ਗਏ ਨੇ, ਪਰ ਜੇਕਰ ਫਿਰ ਵੀ ਬਿਮਾਰੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਟੈਸਟ ਆਲਰੇਡੀ ਕਰਵਾ ਲਏ ਨੇ, ਤਦ ਤੁਸੀਂ ਇਹਨਾਂ ਨੰਬਰਸ ਜੋ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਜਿਹੜੀਆਂ ਆਪਣੀਆਂ ਰਿਪੋਰਟ ਸੈਂਡ ਕਰ ਦਿਓ, ਉੱਥੇ ਵੀ ਤੁਹਾਨੂੰ ਅੱਛੇ ਤਰੀਕੇ ਦੇ ਨਾਲ ਜਿਹੜੀ ਐਡਵਾਈਸ ਦਿੱਤੀ ਜਾਏਗੀ। ਅਦਰਵਾਈਜ਼ ਸੈਂਟਰਸ ਦੇ ਵਿੱਚ ਜਿਹੜੇ USA ਦੇ ਸਾਡੇ ਵਿਊਅਰਸ ਨੇ, ਸੈਂਟਰਸ ਦੇ ਵਿੱਚ ਵਿਜ਼ਿਟ ਕਰ ਸਕਦੇ ਨੇ ਜੀ, ਉੱਥੇ ਪਹੁੰਚੋ, ਆਪਣੀਆਂ ਰਿਪੋਰਟਸ ਲੈ ਕੇ ਪਹੁੰਚੋ। ਡਾਕਟਰ ਨਵਦੀਪ ਸ਼ਰਮਾ ਜੀ ਨੂੰ ਮਿਲਣਾ ਹੈਗਾ ਅਤੇ 15 ਅਗਸਤ ਤੋਂ ਬਾਅਦ ਉੱਥੇ ਹੋਣਗੇ, ਪਰ ਉਹਦੀਆਂ ਅਪੁਆਇੰਟਮੈਂਟ, ਕਿਉਂਕਿ ਟਾਈਮ ਬਹੁਤ ਘੱਟ ਬਚਿਆ ਹੈਗਾ, ਤੁਸੀਂ ਹੁਣ ਤੋਂ ਵੀ ਬੁੱਕ ਕਰਵਾ ਸਕਦੇ ਹੈਗੇ ਹੋ, ਨੰਬਰ ਲਗਾਤਾਰ ਫਲੈਸ਼ ਹੋਣੇ ਸ਼ੁਰੂ ਹੋ ਹੀ ਗਏ ਨੇ। ਸੋ ਸਰ, ਜਿਵੇਂ ਕਿ ਅਸੀਂ ਇੰਡੀਆ ਦੀ ਗੱਲ ਕਰਦੇ, ਇੰਡੀਆ ਦਿੱਲੀ ਸੈਂਟਰ ਦੀ ਗੱਲ ਕਰਦੇ, ਵੈਸੇ ਤਾਂ ਆਲਰੇਡੀ ਸਾਡੇ ਬਹੁਤ ਸਾਰੇ ਵਿਊਅਰਸ ਨੂੰ ਪਤਾ ਲੱਗ ਗਿਆ, ਬਹੁਤ ਸਾਰੇ ਵਿਊਅਰਸ ਨੇ ਵਿਜ਼ਿਟ ਵੀ ਕੀਤਾ ਹੈਗਾ, ਅਤੇ ਉਹਨਾਂ ਦੀ ਅੱਛੇ ਫੀਡਬੈਕ ਉਹਨਾਂ ਦੀ ਸਾਨੂੰ ਮਿਲੀ ਹੈਗੀ ਹੈ, ਅਤੇ ਸਭ ਨੇ ਕਿਹਾ ਕਿ ਬਹੁਤ ਹੀ ਉਹਨਾਂ ਨੂੰ ਅੱਛਾ ਫੀਲ ਹੋਇਆ
ਉੱਥੇ ਜਾ ਕੇ ਸੋ ਬਾਕੀ ਜਿਹੜੇ ਨਵੇਂ ਵਿਅਰਸ ਜੁੜੇ ਨੇ ਉਹਨਾਂ ਨੂੰ ਦੱਸ ਦਿੰਦੇ ਹਾਂ ਜੀ ਇਨਡੋਰ ਸੈਂਟਰ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਜਿਹੜੀਆਂ ਕਰਵਾਈਆਂ ਜਾਂਦੀਆਂ ਨੇ ਖਾਸ ਕਰਕੇ ਕਿਹੜੀਆਂ ਬਿਮਾਰੀਆਂ ਦੇ ਇਲਾਜ ਵਾਸਤੇ ਤੁਸੀਂ ਸੁਜੈਸਟ ਕਰੋਗੇ ਕਿ ਇਨਡੋਰ ਐਕਟੀਵਿਟੀਜ਼ ਲੈਣ ਦੇਖੋ ਜੀ ਕ੍ਰੋਨਿਕ ਏਲਮੈਂਟਸ ਜਿਹਦੇ 'ਚ ਕਿ ਪਾਰਕਿੰਸੋਨਿਜ਼ਮ ਐਲਜ਼ਾਈਮਰਸ ਦੈਨ ਅਗਰ ਇੱਕ ਪੇਸ਼ੈਂਟ ਬਹੁਤ ਐਡਵਾਂਸ ਸਟੇਜਿਸ ਦੇ ਉੱਪਰ ਨਹੀਂ ਹੈ ਕੈਂਸਰ ਦੀ ਮਤਲਬ ਉਹਦਾ ਫਿਜ਼ੀਕਲ ਸਟਰੈਂਥ ਸਟਰੋਂਗ ਹੈ ਉਹ ਐਡਵਾਂਸ ਸਟੇਜਿਸ ਦੇ ਉੱਪਰ ਨਹੀਂ ਹੈ ਆਰਥਰਾਈਟਿਸ ਮਾਈਗ੍ਰੇਨ ਐਪੀਲੈਪਸੀ ਐਸੀਆਂ ਬੜੀਆਂ ਕਰੋਨਿਕ ਏਲਮੈਂਟਸ ਨੇ ਜਿਹਦੇ 'ਚ ਸ਼ੋਧਨ ਚਿਕਿਤਸਾ ਦਾ ਬਹੁਤ ਰੋਲ ਹੈ ਐਸਾ ਕੋਈ ਕਰੋਨਿਕ ਡਿਜ਼ੀਜ਼ ਹੈ ਤਾਂ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਆਪਣੇ ਜੀਵਨ ਵਾਸਤੇ ਥੋੜ੍ਹਾ ਸਮਾਂ ਕੱਢੋ ਤੁਸੀਂ ਦਵਾਈਆਂ ਦੇ ਨਾਲ ਨਾਲ ਉਸ ਕੇਸ ਸਾਡੇ ਨਾਲ ਰਹਿ ਕੇ ਵੀ ਜਿਹੜੀਆਂ ਵਾ ਉਹ ਥੈਰੇਪਿਸ ਦੇ ਥਰੂ ਟ੍ਰੀਟਮੈਂਟ ਕਰਵਾ ਸਕਦੇ ਹੋ ਬਿਲਕੁਲ ਜੀ ਸੋ ਉਹ ਜੇਕਰ ਇੰਡੀਆ ਦੇ ਵਿੱਚ ਕੋਈ ਰਿਲੇਟਿਵ ਹੈ ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈਗੀ ਹੈ ਤਾਂ ਉਹ ਵੀ ਉੱਥੇ ਵਿਜ਼ਿਟ ਕਰ ਸਕਦੇ ਨੇ ਬਾਕੀ ਜੇਕਰ ਤੁਹਾਡਾ ਕੋਈ ਪਲਾਨ ਹੈਗਾ ਹੈ ਜਾਂ ਫਿਰ ਕੋਈ ਬਿਮਾਰੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜੀ ਕਿਉਂਕਿ ਸਪੈਸ਼ਲੀ ਅਸੀਂ ਬਹੁਤ ਸਾਰੇ ਸਾਡੇ ਵਿਊਅਰਸ ਜਾਂ ਬਹੁਤ ਸਾਰੇ ਲੋਕ ਦੇਖੇ ਨੇ ਬਾਹਰੋਂ ਉਹ ਇੰਡੀਆ ਦੇ ਵਿੱਚ ਆ ਕੇ ਟ੍ਰੀਟਮੈਂਟ ਲੈਂਦੇ ਨੇ ਕਿਉਂਕਿ ਜਿਹੜੀਆਂ ਬਿਮਾਰੀਆਂ ਦਾ ਆਪਾਂ ਕਹਿੰਦੇ ਹਾਂ ਕਿ ਇੰਡੀਅਨਸ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਹੀ ਕਿਉਂਕਿ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਦਾ ਬੈਟਰ ਜਿਹੜਾ ਟ੍ਰੀਟਮੈਂਟ ਹੋ ਸਕਦਾ ਪਰ ਆਯੁਰਵੇਦ ਤਰੀਕੇ ਦੇ ਨਾਲ ਮੇਰੇ ਖਿਆਲ ਦੇ ਵਿੱਚ ਹਮੇਸ਼ਾ ਬੈਸਟ ਰਹੇਗਾ ਅਸੀਂ ਪਰਸਨਲੀ ਵੀ ਹਮੇਸ਼ਾ ਹੀ ਐਡਵਾਈਜ਼ ਵੀ ਕਰਦੇ ਹਾਂ ਅਤੇ ਖੁਦ ਵੀ ਦੇਖਦੀ ਹੈਗੀ ਹਾਂ ਮੈਂ ਕਿ ਆਯੁਰਵੇਦ ਟ੍ਰੀਟਮੈਂਟ ਸਭ ਤੋਂ ਬੈਸਟ ਰਹਿੰਦਾ ਨਾ ਤਾਂ ਕੋਈ ਸਾਈਡ ਇਫੈਕਟ ਹੁੰਦਾ ਅਤੇ ਬਾਕੀ ਬਿਮਾਰੀ ਜਿਹੜੀ ਹੈਗੀ ਆ ਉਹ ਜੜ੍ਹ ਤੋਂ ਖਤਮ ਹੁੰਦੀ ਆ ਸੋ ਸਰ ਲਾਸਟ ਦੇ ਵਿੱਚ ਮੈਸੇਜ ਕੋਈ ਸ਼ੇਅਰ ਕਰਨਾ ਚਾਹੋ ਦੇਖੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਅਗਰ ਆਪਾਂ ਇੱਕ ਰੋਗ ਨੂੰ ਠੀਕ ਕਰਨਾ ਵੈ ਆਪਾਂ ਇੰਡੀਆ 'ਚ ਇਲਾਜ ਕਰਵਾਉਣ ਦੀ ਗੱਲ ਕੀਤੀ ਕਿਤੇ ਨਾ ਕਿਤੇ ਅਗਰ ਇੱਕ ਡਾਕਟਰ ਪ੍ਰੋਫੈਸ਼ਨ ਨੂੰ ਸਾਈਡ 'ਤੇ ਰੱਖ ਕੇ ਇਹ ਕੋਸ਼ਿਸ਼ ਕਰਦਾ ਵਾ ਕਿ ਨਹੀਂ ਮੈਂ ਮਰੀਜ਼ ਨੂੰ ਠੀਕ ਕਰਨਾ ਵੈ ਅੱਜ ਫਾਈਨੈਂਸ਼ੀਅਲ ਆਸਪੈਕਟਸ ਕਮਰਸ਼ਲਾਈਜੇਸ਼ਨ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਅਗਰ ਇੱਕ ਡਾਕਟਰ ਦੀ ਸੋਚ ਹੈ ਕਿ ਮੈਂ ਮਰੀਜ਼ ਨੂੰ ਠੀਕ ਕਰਨਾ ਵੈ ਕਮਰਸ਼ਲਾਈਜੇਸ਼ਨ ਨਹੀਂ ਦੇਖਣੀ ਹੈ ਮਰੀਜ਼ ਨੂੰ ਜ਼ਰੂਰ ਲਾਭ ਮਿਲਦਾ ਵੈ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਜੋ ਸਾਡੀ ਨੌਲੇਜ 'ਚ ਬੈਸਟ ਹੈ ਉਹ ਪੇਸ਼ੈਂਟਸ ਨੂੰ ਜ਼ਰੂਰ ਐਡਵਾਈਸ ਕਰੀਏ ਇਸੇ ਕਰਕੇ 24 ਆਵਰਸ ਅਵੇਲੇਬਲ ਆ ਜੀ ਕੋਈ ਵੀ ਤੁਹਾਡਾ ਸਵਾਲ ਹੈ ਤੁਸੀਂ ਰੀਚ ਆਊਟ ਕਰੋ ਸਾਡੀ ਕੋਸ਼ਿਸ਼ ਰਹੇਗੀ ਬੈਸਟ ਤੋਂ ਬੈਸਟ ਗਾਈਡਲਾਈਨਸ ਦੇਣ ਦੀ ਬਿਲਕੁਲ ਜੀ ਸੋ ਸਰ ਹੁਣ ਜਿੱਦਾਂ ਕਿ 15 ਅਗਸਤ ਤੋਂ ਬਾਅਦ ਦੁਬਾਰਾ ਤੁਸੀਂ USA ਜਾਣ ਵਾਲੇ ਹੋ ਸੋ ਉਹਦੇ ਲਈ ਅਪੁਆਇੰਟਮੈਂਟ ਫਿਕਸ ਜਿਹੜੀਆਂ ਸਾਡੇ ਵਿਊਅਰਸ ਕਰਵਾ ਦੇਣਗੇ ਅਤੇ ਪਰ ਉੱਥੇ ਆਲਮੋਸਟ ਕੁਛ ਹੈ ਫਿਕਸ ਹੋਇਆ ਕਿ ਕਿਹੜੇ ਕਿਹੜੇ ਸੈਂਟਰਸ ਦੇ ਵਿੱਚ ਵਿਜ਼ਿਟ ਕਰੋਗੇ ਦੋ ਸੈਂਟਰਸ ਦੇ ਅੰਦਰ ਰਹਿਣਗੀਆਂ ਜੀ ਅਪੁਆਇੰਟਮੈਂਟਸ ਇੱਕ ਨਿਊਯਾਰਕ ਅੰਦਰ ਔਰ ਇੱਕ ਕੈਲੀਫੋਰਨੀਆ ਅੰਦਰ ਦੋ ਸਿਟੀਜ਼ ਅੰਦਰ ਜਿਹੜੇ ਨੇ ਪੇਸ਼ੈਂਟਸ ਦੇਖੇ ਜਾਣਗੇ ਬਾਕੀ ਜਗ੍ਹਾ 'ਤੇ ਜਾਣਾ ਪੋਸੀਬਿਲਿਟੀ ਨਹੀਂ ਹੋ ਪਾਏਗੀ ਬਿਜ਼ੀ ਕਰੀਕਲਮ ਕਰਕੇ ਇਹਨਾਂ ਦੋਨੋਂ ਜਗ੍ਹਾਵਾਂ 'ਤੇ ਜਿਹੜੇ US ਦੇ ਪੇਸ਼ੈਂਟਸ ਨੇ ਉਹ ਆ ਕੇ ਮਿਲ ਸਕਦੇ ਨੇ ਜੀ ਓਕੇ ਅਤੇ ਕਿੰਨੇ ਦਿਨ ਤੁਸੀਂ ਉੱਥੇ ਹੋਗੇ ਮੇਰਾ ਅਪਰੋਕਸੀਮੇਟਲੀ 7 ਡੇਜ਼ ਰਹੇਗਾ ਜੀ ਕਿਉਂਕਿ ਨੰਬਰ ਆਫ ਪੇਸ਼ੈਂਟਸ ਬਹੁਤ ਜ਼ਿਆਦਾ ਨੇ 7 ਡੇਜ਼ ਲੱਗ ਜਾਣਗੇ ਮੈਂ ਉਹਨਾਂ ਨੂੰ ਪੂਰੇ ਦੇ ਪੂਰੇ ਪੇਸ਼ੈਂਟਸ ਨੂੰ ਮਿਲਦੇ ਹੋਏ ਇਸੇ ਕਰਕੇ ਮੇਰੀ ਰਿਕੁਐਸਟ ਹੈ ਕਿ ਤੁਸੀਂ ਪਲੀਜ਼ ਸਮਾਂ ਰਹਿੰਦੇ ਜਿਹੜਾ ਵਾ ਟੀਮ ਨੂੰ ਕਨੈਕਟ ਕਰਨਾ ਲਾਸਟ ਟਾਈਮ ਵੀ ਬੜੇ ਪੇਸ਼ੈਂਟਸ ਆਏ ਲੇਕਿਨ ਉਹਨਾਂ ਦੀ ਹਿਸਟਰੀਜ਼ ਪ੍ਰੋਪਰ ਨਹੀਂ ਸੀ ਹੋਈਆਂ ਹੈਗੀਆਂ ਇਹ ਬੜਾ ਜ਼ਰੂਰੀ ਹੈ ਕਿ ਤੁਹਾਡੇ ਕੇਸ ਦੀ ਡਿਟੇਲਸ ਹਿਸਟਰੀਜ਼ ਮੇਰੀ ਟੈਕਨੀਕਲ ਟੀਮ ਨੇ ਲਿੱਤੀ ਹੋਏ ਤਾਂ ਕਿ ਮੈਂ ਉਸ ਸਮੇਂ ਜਿਹੜਾ ਸਮਾਂ ਘੱਟ ਹੁੰਦਾ ਵਾ ਉਹਦਾ ਬੈਸਟ ਯੂਟੀਲਾਈਜੇਸ਼ਨ ਕਰ ਸਕਾਂ ਤੁਹਾਨੂੰ ਅੱਛੀ ਜਿਹੜੀ ਗਾਈਡਲਾਈਨਸ ਦੇ ਸਕਾਂ ਬਿਲਕੁਲ ਸੀ ਸੋ ਕੋਸ਼ਿਸ਼ ਇਹੀ ਕਰ ਲਓ ਕਿ ਜੇਕਰ ਟਾਈਮ ਮਿਲਦਾ ਹੈਗਾ ਤਾਂ ਖੁਦ ਪਹਿਲਾਂ ਹੀ ਸੈਂਟਰਸ ਦੇ ਵਿੱਚ ਵਿਜ਼ਿਟ ਕਰ ਲਓ ਉੱਥੇ ਜਿਹੜੀ ਟੀਮ ਅਵੇਲੇਬਲ ਹੋਏਗੀ ਉਹਨਾਂ ਨੂੰ ਆਪਣੀਆਂ ਰਿਪੋਰਟਸ ਜਿਹੜੀਆਂ ਉਹ ਦੇ ਦਿਓ ਆਪਣੀ ਤਾਂ ਕਿ ਜਦੋਂ ਡਾਕਟਰ ਨਵਦੀਪ ਸ਼ਰਮਾ ਜੀ ਉੱਥੇ ਪਹੁੰਚਣ ਕਿਉਂਕਿ ਬਹੁਤ ਸਾਰੇ ਪੇਸ਼ੈਂਟ ਹੋਣਗੇ ਉੱਥੇ ਅਤੇ ਟਾਈਮ ਬਹੁਤ ਘੱਟ ਹੋਏਗਾ ਸਾਰੇ ਪੇਸ਼ੈਂਟ ਨੂੰ ਹੈਂਡਲ ਕਰਨਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਸੋ ਇਸੇ ਕਰਕੇ ਪ੍ਰੋਪਰ ਇਹਨਾਂ ਨੂੰ ਹਿਸਟਰੀ ਪਹਿਲਾਂ ਹੀ ਪਤਾ ਹੋਏਗੀ ਅਤੇ ਤੁਹਾਡਾ ਇਲਾਜ ਤੁਹਾਡਾ ਟ੍ਰੀਟਮੈਂਟ ਤੁਹਾਨੂੰ ਅੱਛੀ ਐਡਵਾਈਸ ਜਿਹੜੀ ਟਾਈਮ ਟੂ ਟਾਈਮ ਇਹ ਦੇ ਸਕਦੇ ਨੇ ਸੋ ਥੈਂਕ ਯੂ ਸੋ ਮਚ ਸਰ ਥੈਂਕ ਯੂ ਜੀ ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਤੇ ਮੇਰੇ ਨਾਲ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਤੇ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ